ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਾਲਾਨਾ ਬਰਸੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਮਨਾਉਣ ਤੋਂ ਬਾਅਦ ਅੱਜ ਸਪੈਸ਼ਲ ਰੇਲ ਗੱਡੀ ਦੁਆਰਾ 224 ਦੇ ਕਰੀਬ ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਦੇ ਅਟਾਰੀ ਸਟੇਸ਼ਨ ਤੇ ਜੈਕਾਰੇ ਲਾਉਂਦਾ ਹੋਇਆ ਪਹੁੰਚਿਆ। ਇਸ ਮੌਕੇ ਸ਼ਰਧਾਲੂਆਂ ਦੁਆਰਾ ਗਹਿਰੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਗਿਆ। ਬੜੀ ਦੇਰ ਬਾਅਦ ਇੱਕ ਸ਼ਰਧਾਲੂ ਵਜੋਂ, ਪ੍ਰਬੰਧਕ ਵਜੋਂ ਨਹੀਂ, ਇੱਕ ਸ਼ਰਧਾਲੂ ਵਜੋਂ ਗਿਆ ਸੀ। ਮੈਨੂੰ ਬਹੁਤ ਮਾਣ ਸਤਿਕਾਰ ਮਿਲਿਆ ਅਤੇ ਬੜੀ ਸੰਤੁਸ਼ਟੀ ਹੋਈ ਆ, ਕਿਉਂਕਿ ਅਸੀਂ ਇਸ ਜਥੇ 'ਚ ਜਾ ਕੇ ਹਰ ਤਰ੍ਹਾਂ ਦੀ ਸੇਵਾ ਕਰਕੇ ਸਕੂਨ ਪ੍ਰਾਪਤ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ 'ਤੇ ਮਨਾਈ ਗਈ। ਪੰਜਾਬ ਦੇ ਗਵਰਨਰ ਸਾਹਿਬ ਆਏ, ਸਰਦਾਰ ਤਾਰਾ ਸਿੰਘ ਜੀ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਆਏ, ਉਹਨਾਂ ਨੇ ਸੰਬੋਧਨ ਕੀਤਾ। ਸਭ ਤੋਂ ਵੱਡੀ ਮੈਨੂੰ ਉਸ ਵੇਲੇ ਖੁਸ਼ੀ ਹੋਈ ਜਦੋਂ ਪਾਕਿਸਤਾਨ ਦੇ ਗਵਰਨਰ ਨੇ ਪੰਜਾਬੀ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕੀਤਾ। ਫਿਰ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕਿਹਾ ਕਿ ਮੈਂ ਪਹਿਲੀ ਵਾਰ ਪੰਜਾਬੀ 'ਚ ਪ੍ਰੈਸ ਕਾਨਫਰੰਸ ਕਰ ਰਿਹਾ ਅਤੇ ਮੈਨੂੰ ਜਿਹੜਾ ਮਾਂ ਬੋਲੀ ਨਾਲ ਲਗਾਓ ਆ ਉਹ ਮੈਨੂੰ ਬਹੁਤ ਚੰਗਾ ਲੱਗਾ। ਡਾਕਟਰ ਸਾਹਿਬ, ਗੁਰਪੁਰਬ ਲੱਗ ਗਿਆ, ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਪਾਕਿਸਤਾਨ ਦੇ ਵਿੱਚ? ਗੁਰੂ ਨਾਨਕ ਗੁਰਪੁਰਬ ਵਾਸਤੇ ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ETPP ਅਤੇ ਪਾਕਿਸਤਾਨ ਸਰਕਾਰ ਜਿਹੜੀ ਆ ਉਹ ਵੱਡੀ ਪੱਧਰ 'ਤੇ ਤਿਆਰੀਆਂ ਕਰ ਰਹੀ ਆ, ਕਿਉਂਕਿ ਗੁਰੂ ਨਾਨਕ ਗੁਰਪੁਰਬ ਹਰ ਸਾਲ ਨਨਕਾਣਾ ਸਾਹਿਬ ਦੀ ਧਰਤੀ 'ਤੇ ਬਹੁਤ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਸਾਰੇ ਦੇਸ਼ਾਂ 'ਚੋਂ, ਜਿੱਥੇ ਜਿੱਥੇ ਵੀ ਸਿੱਖ ਵੱਸਦੇ ਨੇ ਉੱਥੋਂ ਪ੍ਰਤੀਨਿਧ ਆਉਂਦੇ ਨੇ। ਇਸ ਵਾਰ ਜਿਹੜੀ ਉਹ ਗਿਣਤੀ ਆ ਵੱਡੀ ਹੋਏਗੀ ਅਤੇ ਉਸ ਵਾਸਤੇ ਉਹਨਾਂ ਦੇ ਪ੍ਰਬੰਧ ਜਿਹੜੇ ਨੇ ਉਹ ਵੱਡੀ ਪੱਧਰ 'ਤੇ ਕਰ ਰਹੇ ਨੇ। ਰਿਹਾਇਸ਼ ਦੇ ਪ੍ਰਬੰਧ ਕਰ ਰਹੇ ਨੇ, ਖਾਣੇ ਪਾਣੀ ਦਾ ਪ੍ਰਬੰਧ ਕਰ ਰਹੇ ਨੇ, ਜਿਹੜੀ ਬਿਲਡਿੰਗਾਂ ਨੇ ਉਹਨਾਂ ਦੀ ਰੈਨੋਵੇਸ਼ਨ ਦਾ, ਪੇਂਟ ਦਾ ਕੰਮ, ਉਹ ਸਾਰੇ ਕੰਮ ਚੱਲ ਰਹੇ ਨੇ। ਨਗਰ ਕੀਰਤਨ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਗਈ, ਕਿਉਂਕਿ ਨਗਰ ਕੀਰਤਨ ਦਾ ਆਵਾਜ਼ ਕੀਤੀ ਜਾ ਰਹੀ ਸੀ? ਦੇਖੋ, ਨਗਰ ਕੀਰਤਨ ਵਾਸਤੇ ਅਸੀਂ ਪ੍ਰਧਾਨ ਪਾਕਿਸਤਾਨ ਕਮੇਟੀ ਨੂੰ ਮਾਨਯੋਗ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਪੱਤਰਕਾਰ ਭੇਜੀ ਸੀ, ਮੇਰੇ ਰਾਹੀਂ ਭੇਜੀ ਸੀ, ਅਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਅਤੇ ਉਹਨਾਂ ਨੇ ਬੜੀ ਖੁਸ਼ੀ ਖੁਸ਼ੀ ਪਾਕਿਸਤਾਨ ਦੀ ਜਿਹੜੀ ਆਕਾਸ਼ ਬੋਰਡ ਆ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਖੁਸ਼ੀ ਖੁਸ਼ੀ ਪ੍ਰਵਾਨ ਕੀਤਾ ਕਿ ਤੁਸੀਂ ਨਨਕਾਣਾ ਸਾਹਿਬ ਦੀ ਧਰਤੀ ਤੋਂ ਇਹ ਨਗਰ ਕੀਰਤਨ ਅੰਤਰਰਾਸ਼ਟਰੀ ਸ਼ੁਰੂ ਕਰੋ, ਅਸੀਂ ਹਰ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਦੇਵਾਂਗੇ। ਕਰਤਾਰਪੁਰ ਕੋਰੀਡੋਰ ਦੀ ਗੱਲ ਕੀਤੀ ਜਾਵੇ, ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹੋ? ਕਰਤਾਰਪੁਰ ਕੋਰੀਡੋਰ, ਕਿਉਂਕਿ ਮੈਂ ਤਾਂ ਦਰਸ਼ਨ ਕਰਕੇ ਆਇਆ, ਕਿਉਂਕਿ ਉੱਥੇ ਕੰਸਟਰਕਸ਼ਨ ਦਾ ਕੰਮ ਚੱਲਣ ਡਿਆ ਉੱਥੇ, ਕਿਉਂ ਜਿਹੜੀਆਂ ਪਹਿਲੀਆਂ ਇਮਾਰਤਾਂ ਸੀ ਛੋਟੀਆਂ ਮੋਟੀਆਂ ਉਹ ਡਿਮਾਲਿਸ਼ ਹੋ ਗਈਆਂ ਨੇ, ਵੱਡੀ ਪੱਧਰ 'ਤੇ ਕੰਮ ਚੱਲ ਰਿਹਾ ਅਤੇ ਉਹਨਾਂ ਦਾ ਮੰਤਵ ਆ ਕਿ ਨਵੰਬਰ ਦੇ ਵਿੱਚ ਪਹਿਲਾ ਫੇਸ ਜਿਹੜਾ ਉਹ ਪੂਰਾ ਹੋਵੇ ਅਤੇ 8-9 ਨਵੰਬਰ ਨੂੰ ਲਾਂਘਾ ਖੋਲ। ਵੀਜ਼ੇ ਕਿੰਨੇ ਕੁ ਮਿਲਣਗੇ? ਦੇਖੋ, ਵੀਜ਼ੇ 'ਤੇ ਉਹਨਾਂ ਦੀ ਇੱਛਾ ਹੈਗੀ ਆ ਕਿ 10,000 ਸਿੱਖ ਇੱਥੋਂ ਭਾਰਤ ਤੋਂ ਜਾਣ, ਉਹਨਾਂ ਦੀ ਇੱਛਾ ਵਾ। ਪਹਿਲਾਂ ਅਸੀਂ 3,000 ਦਾ ਜਥਾ ਜਾਂਦਾ ਵਾ, ਇਸ ਵਾਰ ਉਹਨਾਂ ਦੀ 10,000 ਦੀ ਆ। ਉਸ ਪੱਧਰ 'ਤੇ ਉਹ ਪ੍ਰਬੰਧ ਕਰ ਰਹੇ ਨੇ, ਦੁਨੀਆ ਭਰ 'ਚੋਂ ਸਿੱਖਾਂ ਨੇ ਉੱਥੇ ਪਹੁੰਚਣਾ ਵਾ। ਗੁਰਦੁਆਰਾ ਸਾਹਿਬਾਂ ਦੇ ਕਿਸ ਤਰ੍ਹਾਂ ਦੇ ਹਾਲਾਤ? ਗੁਰਦੁਆਰਾ ਸਾਹਿਬਾਂ ਦੀ ਹਾਲਤ ਬਹੁਤ ਸੋਹਣੀ ਹੈ, ਜਿਹੜਾ ਪ੍ਰਬੰਧ ਆ ਉਹ ਇਮਾਰਤਾਂ ਬਹੁਤ ਸੋਹਣੀਆਂ ਨੇ, ਉਹਨਾਂ ਨੇ ਪ੍ਰਬੰਧ ਵੀ ਸਾਫ਼ ਸਫਾਈ ਦਾ ਵੀ ਪ੍ਰਬੰਧ ਠੀਕ ਆ। ਇਹ ਠੀਕ ਆ ਕਿ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ, ਸੇਵਾ ਨਾਲ ਜੁੜੀਆਂ ਹੋਈਆਂ ਨੇ, ਸਿੱਖ ਘੱਟ ਗਿਣਤੀ 'ਚ ਨੇ ਉੱਥੇ, ਉਸ ਕਰਕੇ ਕੁਝ ਦਿੱਕਤਾਂ ਹੋ ਸਕਦੀਆਂ ਨੇ, ਪਰ ਟੋਟਲ ਕੁੱਲ ਮਿਲਾ ਕੇ ਬਹੁਤ ਸੋਹਣਾ ਉਹ ਸੇਵਾ ਸੰਭਾਲ ਕਰ ਰਹੇ। ਥੈਂਕ ਯੂ। ਮੇਰਾ ਨਾਮ ਅਮਰ ਸਿੰਘ ਹੈ, ਮੈਂ ਦਿੱਲੀਓਂ ਆਇਆ ਦਰਸ਼ਨ ਕਰਕੇ ਆਇਆ ਗੁਰੂ ਸਾਹਿਬ ਦੇ। ਕਿਸ ਤਰ੍ਹਾਂ ਦੇ ਦਰਸ਼ਨ? ਬਹੁਤ ਆਨੰਦ ਆਇਆ, ਮੈਂ ਕਿਹਾ ਹਾਲਾਂਕਿ ਮੈਂ ਪਹਿਲੇ ਵੀ ਜਾ ਚੁੱਕਿਆ ਹੈ, ਚੌਥੀ ਵਾਰ ਗਿਆ ਹੈ, ਲੇਕਿਨ ਆਨੰਦ ਆ ਗਿਆ। ਗੁਰਦੁਆਰਿਆਂ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਉੱਧਰ ਔਰ ਕਿਸ ਤਰ੍ਹਾਂ ਦਾ ਤੁਹਾਨੂੰ? ਗੁਰਦੁਆਰਿਆਂ ਦਾ ਹਾਲਾਤ ਥੋੜ੍ਹਾ ਦੇਖੋ ਜੀ ਇੱਦਾਂ ਹੀ ਹੈ, ਵੈਸੇ ਤਾਂ ਥੋੜ੍ਹੀ ਹੈ ਕਮੀ ਪੇਸ਼ੀ ਤਾਂ ਹੁੰਦੀ ਹੁੰਦੀ ਹੈ, ਲੇਕਿਨ ਫਿਰ ਵੀ ਬਹੁਤ ਆਨੰਦ ਆਇਆ, ਬਹੁਤ ਸੋਹਣਾ ਵੈਸੇ ਪ੍ਰੋਗਰਾਮ ਹੋਇਆ। ਉੱਧਰ ਜਿਹੜੇ ਸੀਗੇ ਮੰਦਰ ਵੀ ਖੋਲ੍ਹੇ ਗਏ ਨੇ, ਪੂਜਾ ਵੀ ਕੀਤੀ ਗਈ ਹੈ, ਲੱਗਦਾ ਕਿ ਵਧੀਆ? ਨਹੀਂ, ਅਸੀਂ ਉੱਥੇ ਨਾ ਤਾਂ ਕੋਈ ਪੂਜਾ ਵਾਲੀ ਜਗ੍ਹਾ ਸਾਨੂੰ ਕੋਈ ਲੈ ਕੇ ਗਿਆ, ਨਾ ਅਸੀਂ ਗਏ, ਨਾ ਸਾਨੂੰ ਪਤਾ। ਤੁਸੀਂ ਸਮਝਦੇ ਕਿ ਦੋ ਜਿਹੜੇ ਵੀਜ਼ੇ ਖੁੱਲ੍ਹਣੇ ਚਾਹੀਦੇ ਤਾਂ ਜੋ ਲੋਕ ਈਜ਼ੀ ਜਾ ਸਕਣ ਉੱਧਰ ਪਾਕਿਸਤਾਨ? ਹਾਂ, ਬਿਲਕੁਲ ਖੁੱਲ੍ਹਣੇ ਚਾਹੀਦੇ। ਉੱਥੇ ਗਵਰਨਰ ਸਾਹਿਬ ਨੇ ਕਿਹਾ ਹੈ ਕਿ ਬਈ ਪਹਿਲੇ ਅਸੀਂ 3,000 ਦਿੰਦੇ ਸੀ ਵੀਜ਼ਾ, ਲੇਕਿਨ ਬਾਅਦ ਇਸ ਡਿਮਾਂਡ ਕੀਤੀ ਗਈ ਹੈ ਕਿ 6,000 ਵੀਜ਼ਾ ਮਿਲੇ, ਅਤੇ ਉਹ ਕਹਿ ਰਹੇ ਸੀ ਕਿ ਅਸੀਂ 10,000 ਦਾ ਵੀਜ਼ਾ ਮਤਲਬ ਲਾਗੂ ਕਰਨਾ ਹੈ ਕਿ 10,000 ਤੱਕ ਵੀਜ਼ਾ ਦੇਵਾਂਗੇ। ਸਾਨੂੰ ਬੜੀ ਖੁਸ਼ੀ ਹੋਈ ਇਹ ਸੁਣ ਕੇ। ਕਰਤਾਰਪੁਰ ਸਾਹਿਬ ਗਏ ਤੁਸੀਂ? ਕਰਤਾਰਪੁਰ ਕੋਰੀਡੋਰ ਦੇਖਿਆ ਉੱਥੇ ਕਿ ਨਹੀਂ ਦੇਖਿਆ? ਨਹੀਂ, ਉੱਥੇ ਨਹੀਂ ਲੈ ਕੇ ਗਏ, ਕਰਤਾਰਪੁਰ ਸਾਹਿਬ ਨਹੀਂ ਲੈ ਕੇ ਗਏ, ਉੱਥੇ ਕੋਰੀਡੋਰ ਨਹੀਂ ਵੇਖਿਆ, ਕਰਤਾਰਪੁਰ ਸਾਹਿਬ ਨਹੀਂ ਲੈ ਕੇ ਗਏ। ਹਾਂ, ਸੱਚਾ ਸੌਦਾ ਗਏ ਅਸੀਂ ਅਤੇ ਰੋਹੜੀ ਸਾਹਿਬ ਗੁਰਦੁਆਰਾ ਗਏ, ਬਾਕੀ ਤਾਂ ਉੱਥੇ ਗਏ, ਬਾਕੀ ਜਿਹੜੇ ਲੋਕਲ ਗੁਰਦੁਆਰੇ ਉੱਥੇ ਸਾਰੀ ਜਗ੍ਹਾ ਹੋ ਗਿਆ। ਕਿਸ ਤਰ੍ਹਾਂ ਦਾ ਲੋਕਾਂ ਦਾ ਉਤਸ਼ਾਹ ਤੁਹਾਨੂੰ ਉੱਥੇ ਹਿੰਦੁਸਤਾਨੀ ਜੋ ਜਾਂਦੇ, ਕਿਸ ਤਰ੍ਹਾਂ? ਮੈਂ ਕਿਹਾ ਕਿ ਮੈਂ ਤਾਂ ਇਹ ਸਹੀ ਦੱਸਾਂ ਕਿ ਪਾਕਿਸਤਾਨ ਵਿੱਚ ਇੰਨਾ ਪ੍ਰੇਮ ਮਿਲਿਆ ਹੈ, ਬਹੁਤ ਜ਼ਿਆਦਾ ਪ੍ਰੇਮ ਮਿਲਿਆ, ਇੰਨਾ ਸ਼ਾਇਦ ਸਾਡੇ ਆਪਣੇ ਹਿੰਦੂ ਨਹੀਂ ਕਰਦੇ। ਸਾਫ਼ ਗੱਲ ਮੈਂ ਦੱਸਾਂ ਤੁਹਾਨੂੰ ਕਿ ਇੰਨਾ ਸ਼ਾਇਦ ਸਾਡੇ ਹਿੰਦੂ ਨਹੀਂ ਕਰਦੇ ਜਿੰਨਾ ਸਾਨੂੰ ਉੱਥੋਂ ਪ੍ਰੇਮ ਮਿਲਿਆ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਤੇਜਾ ਸਿੰਘ ਹੈ ਜੀ, ਕਿੱਥੋਂ ਆਏ? ਬਠਿੰਡੇ ਦੇ ਰਹਿਣ ਵਾਲੇ ਹਾਂ। ਅੱਜ ਪਾਕਿਸਤਾਨ ਜੱਥੇ ਦੇ ਨਾਲ ਵਾਪਸ ਆ ਰਹੇ, ਕਿਸ ਤਰ੍ਹਾਂ ਦਾ ਲੱਗਾ ਜੀ ਉੱਥੇ? ਬਹੁਤ ਵਧੀਆ ਜੀ, ਅਸੀਂ ਗੁਰੂ ਘਰ ਦੇ ਦਰਸ਼ਨ ਕੀਤੇ ਨੇ, ਇੱਥੋਂ ਅਸੀਂ 27 ਤਰੀਕ ਨੂੰ ਗਏ ਸੀ, ਡੇਰਾ ਸਾਹਿਬ ਦੇ ਦਰਸ਼ਨ ਕੀਤੇ, ਲੋਕਲ ਗੁਰਦੁਆਰਾ ਦੇ ਦਰਸ਼ਨ ਕੀਤੇ, ਉਸ ਤੋਂ ਬਾਅਦ ਪੰਜਾਬ ਸਾਹਿਬ ਦੇ ਦਰਸ਼ਨ ਕੀਤੇ,
ਅਤੇ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ। ਉੱਥੋਂ ਦੇ ਜਿਹੜੇ ਪ੍ਰਬੰਧ ਸੀ ਬਹੁਤ ਵਧੀਆ ਪ੍ਰਬੰਧ ਸੀ। ਅਸੀਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ, ਉੱਥੇ ਨਾਲ ਨਾਲ ਇੱਥੋਂ ਦੀ ਸਰਕਾਰ ਦਾ ਹੈ ਅਤੇ ਉੱਥੋਂ ਦੀ ਸਰਕਾਰ ਦਾ ਹੈ, ਉੱਚੇ ਤੌਰ 'ਤੇ ਮੀਡੀਆ ਦਾ ਹੈ, ਕਿਉਂਕਿ ਇੱਥੇ ਵੀ ਉਹਨਾਂ ਨੇ ਬਹੁਤ ਵਧੀਆ ਸਾਡੀ ਕਵਰੇਜ ਕੀਤੀ ਅਤੇ ਉੱਥੇ ਵੀ ਉਹਨਾਂ ਨੇ ਬਹੁਤ ਵਧੀਆ। ਅਗਰ ਗੱਲ ਕੀਤੀ ਹੈ ਵੀਜ਼ਿਆਂ ਦੀ, ਵੀਜ਼ੇ ਹਮੇਸ਼ਾ ਘੱਟ ਮਿਲਦੇ ਨੇ, ਤਾਂ ਲੱਗਦਾ ਕਿ ਵੀਜ਼ਿਆਂ ਬਾਰੇ ਕੋਈ ਗੱਲ ਕੀਤੀ ਗਈ? ਹਾਂਜੀ ਹਾਂਜੀ, ਐਤਕੀ ਸਾਡੇ ਸਰਦਾਰ ਰੂਪ ਸਿੰਘ ਜੀ ਸਕੱਤਰ ਸਾਹਿਬ ਨੇ ਉੱਥੇ ਮੰਗ ਕੀਤੀ ਸੀ, ਜਿਹੜੇ ਗਵਰਨਰ ਉੱਥੋਂ ਦੇ ਆਏ ਸੀ, ਅਤੇ ਉਹਨਾਂ ਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ ਵੀਜ਼ੇ ਦੇਵਾਂਗੇ, 10,000 ਵੀਜ਼ਾ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ 'ਤੇ ਉਹਨਾਂ ਨੇ ਕਿਹਾ ਵੀ ਦਿੱਤਾ ਜਾਊਗਾ। ਜਿਹੜੇ ਹਾਲਾਤ ਨੇ ਉਹ ਬਹੁਤ ਬੁਰੇ ਦੱਸੇ ਜਾਂਦੇ ਨੇ ਕਿ ਪਾਕਿਸਤਾਨ ਗੁਰਦੁਆਰਾ ਸਾਹਿਬ, ਬਹੁਤ ਵਧੀਆ ਹਾਲਾਤ ਆ ਜੀ ਉੱਥੇ, ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ, ਕੋਈ ਵਿਰੋਧ ਨਹੀਂ, ਕੋਈ ਭਾਰਤ ਦਾ ਵਿਰੋਧ ਨਹੀਂ, ਉਹ ਕਿਸੇ ਬੰਦੇ ਦਾ ਵਿਰੋਧ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੋਵੇ ਕਿ? ਹਾਂਜੀ, ਉਹ ਕਹਿੰਦੇ ਵੀ ਕੰਮ ਚੱਲ ਰਿਹਾ, 70% ਕੰਮ ਹੋ ਗਿਆ, ਲੇਕਿਨ ਐਤਕੀ ਉਹਨਾਂ ਨੇ ਉੱਧਰ ਜਾਣ ਨਹੀਂ ਦਿੱਤਾ, ਉਹਦੇ ਕੰਮ ਚੱਲ ਰਹੇ ਸੀ। ਕੋਈ ਮਿਲਾਲ ਰਹੇਗਾ ਕਿ ਬੜਾ ਬੜੀ ਦੇਰ ਬਾਅਦ ਵੀਜ਼ਾ ਮਿਲਦਾ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਹੋਏ, ਮਿਲਾਲ ਰਹੇਗਾ? ਨਹੀਂ ਨਹੀਂ, ਉਹ ਕਹਿੰਦੇ ਵੀ ਜਦੋਂ ਕਰਤਾਰਪੁਰ ਦੇ ਖੁੱਲੂਗਾ ਉਹ ਵੀਜ਼ਾ ਖੁੱਲੂਗਾ ਤਾਂ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਵਾਂਗੇ। ਹਾਂਜੀ, ਦੂਜੀ ਵਿਕਟ ਸੀ ਸ਼ੇਰੇ ਪੰਜਾਬ ਮਹਾਰਾਜ ਜੀ, ਅਸੀਂ ਬਰਸੀ ਬਣਾਉਣ 180ਵੀਂ ਬਰਸੀ ਬਣਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥਾ ਗਿਆ। ਅਸੀਂ ਉੱਥੇ ਸਾਰੇ ਸਿੱਖ ਯਾਤਰੂ ਮੇਰੇ ਨਾਲ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਜੀ ਗਏ, ਬਹੁਤ ਵਧੀਆ ਸਾਰਾ ਅਸੀਂ ਉੱਥੇ ਬਣਾ ਕੇ ਆਏ ਹਾਂ। ਉੱਥੇ ਸਾਨੂੰ ਵੇਖਣ ਵਾਲੀ, ਜਿਸ ਦਿਨ ਅਸੀਂ ਡੇਰਾ ਸਾਹਿਬ ਲਾਹੌਰ ਗਏ ਹਾਂ, ਸ਼ਾਹੀ ਕਿਲ੍ਹੇ ਦੇ ਵਿੱਚ ਉੱਧਰ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਘੋੜੇ 'ਤੇ ਸਵਾਰ ਬੁੱਤ ਦਾ ਉੱਧਰ ਉਹ ਵੀ ਉਹਨਾਂ ਨੇ ਪੜਦਾ ਚੁਕਾਇਆ ਅਤੇ ਸਾਨੂੰ ਬੜਾ ਮਾਣ ਹੋਇਆ। ਉੱਥੇ ਜਿਹੜਾ ਗੱਤਕੇ ਦਾ ਪ੍ਰੋਗਰਾਮ ਹੋਇਆ, ਇਸ ਤਰ੍ਹਾਂ ਲੱਗਦਾ ਵੀ ਖਾਲਸਾ ਰਾਜ ਉੱਥੇ ਹੋਇਆ। ਤੁਸੀਂ ਕਰਤਾਰਪੁਰ ਜਾਣ ਦਾ ਤੁਹਾਨੂੰ ਮੌਕਾ ਮਿਲਿਆ ਸੀ, ਸਾਹਿਬ ਉਹਨਾਂ ਨਾਲ ਕਿਸ ਤਰ੍ਹਾਂ ਦਾ ਉੱਥੇ ਕੰਮਕਾਰ ਚੱਲ ਰਿਹਾ ਜੀ? ਕਰਤਾਰਪੁਰ ਦਾ ਜਿਹੜਾ ਉਹਨਾਂ ਦਾ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ, ਗੁਰਦੁਆਰਾ ਸਾਹਿਬ ਦੇ ਯੂ ਸ਼ੇਪ 'ਤੇ ਉਹਨਾਂ ਨੇ ਸਾਰਾ ਕੀਤਾ, ਭਾਰਤ ਵਾਲੇ ਪਾਸੇ ਉਹਨਾਂ ਨੇ ਖਾਲੀ ਰੱਖਿਆ, ਮੇਨ ਐਂਟਰੀ ਜਿਹੜੀ ਲਾਂਘੇ ਦੀ ਇੱਧਰੋਂ ਜਾਣੀ ਹੈ, ਜਿਹੜੇ ਪਾਕਿਸਤਾਨ ਵਾਲੇ ਜਿਹੜੇ ਜਥੇ ਜਾਣਗੇ ਉਹ ਉੱਧਰੋਂ ਦੂਸਰੇ ਪਾਸੇ ਆਉਣਗੇ। ਲੰਗਰ ਹਾਲ, ਦੀਵਾਨ ਹਾਲ, ਜੰਗੀ ਪੱਧਰ ਸਰੋਵਰ ਜਿਹੜਾ ਕੰਮ ਬਹੁਤ ਚੰਗੀ ਪੱਧਰ 'ਤੇ ਚੱਲ ਰਿਹਾ। ਨਗਰ ਕੀਰਤਨ ਵਾਸਤੇ ਜਿਹੜੀ ਸੀ ਪ੍ਰਧਾਨ ਸਾਹਿਬ ਨਾਲ, ਉੱਥੇ ਤੇ ਮੁਲਾਜ਼ਮਾਂ ਚੱਟੀ ਵੀ ਹੈ, ETPP ਦੇ ਚੇਅਰਮੈਨ ਸਾਹਿਬ, ਗਵਰਨਰ ਸਾਹਿਬ ਨਾਲ ਸਾਡੀ ਗੱਲ ਹੋਈ ਹੈ। ਉਸ ਤਾਂ 25 ਤਰੀਕ ਨੂੰ ਅਸੀਂ ਨਗਰ ਕੀਰਤਨ ਉੱਥੋਂ ਲੈ ਕੇ ਆਵਾਂਗੇ, ਜਿਹਦੇ ਵਿੱਚ ਸਿੰਘ ਸਾਹਿਬਾਨ ਆਪਣੇ ਜਥੇ ਦੋਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਦਿੱਲੀ ਦੇ ਔਰ ਆਪਣੇ ਅੰਮ੍ਰਿਤਸਰ ਦੇ ਸਿੰਘ ਸਾਹਿਬ, ਜਿਹੜੇ ਆਪਣੇ ਹੈੱਡ ਗ੍ਰੰਥੀ ਸਾਹਿਬਾਨ, ਔਰ ਵੀ ਜਿਹੜੇ ਮੁੱਖ ਸ਼ਖਸੀਅਤ ਆ, ਉਹਨਾਂ ਨੂੰ ਉੱਥੇ ਜਾਣ ਦਾ ਮੌਕਾ ਮਿਲੇਗਾ ਔਰ ਬਹੁਤ ਵਧੀਆ ਸੰਦੇਸ਼ ਆਏਗਾ। ਕਦੋਂ ਤੱਕ ਕੋਰੀਡੋਰ ਖੁੱਲ੍ਹਣਗੇ ਉੱਧਰ ਪਾਕਿਸਤਾਨ ਦੇ ਵਿੱਚ ਆ ਸਕਦੇ? ਉਹਨਾਂ ਨੇ 9 ਤਰੀਕ ਦਾ ਕਿਹਾ ਵੀ 9 ਨਵੰਬਰ ਨੂੰ ਅਸੀਂ ਜਿਹੜਾ ਪਹਿਲੀ ਚੀਜ਼ ਖੋਲ੍ਹਦੇ ਹਾਂ, ਬਾਕੀ ਕੰਮ ਚੰਗੇ ਪੱਧਰ ਚੱਲ ਰਿਹਾ। ਹਰ ਵਾਰੀ ਜਦੋਂ ਜੱਥਾ ਆਉਂਦਾ ਸੀ ਉਹ ਕਹਿੰਦੇ ਸੀ ਗੁਰਦੁਆਰਾ ਸਾਹਿਬਾਂ ਦੇ ਜਿਹੜੇ ਹਾਲਾਤ ਨੇ ਬਹੁਤ ਬੁਰਾ ਹੁੰਦੇ ਆ, ਅਤੇ ਕਿਸ ਤਰ੍ਹਾਂ ਦੇ ਹਾਲਾਤ ਨੇ? ਹਾਲਾਤ ਬਹੁਤ ਵਧੀਆ ਨੇ, ਜਿਹੜੇ ਹੁਣ ਉਹਨਾਂ ਨੇ ਪ੍ਰਬੰਧ ਕੀਤੇ ਆ, ਗੁਰੂ ਨਨਕਾਣਾ ਸਾਹਿਬ ਦਾ ਜਨਮ ਸਥਾਨ ਆ, ਚੰਗੀ ਪੱਧਰ 'ਤੇ ਉਹਦਾ ਬਹੁਤ ਵਿਸਥਾਰ ਕੀਤਾ। ਡੇਰਾ ਸਾਹਿਬ ਹੁਣ ਕਾਰ ਸੇਵਾ ਚੱਲ ਰਹੀ ਹੈ, ਜਿਹੜੇ ਪੰਜਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ, ਔਰ ਕਰਤਾਰਪੁਰ ਸਾਹਿਬ